नहीं मम्मी ओ हवा ना खड़किया होना हाँ दस की चाहिए मैं माफ कर दो मैं तो बड़ी बड़ी गलती हो गई एक बारी मौका दे दो मैं अपनी गलती सुधार दी मैं तो गलती हो गई मैं ना बड़े तरले मारे ही तेरे जाजा न्याणियां दे वास्ते पाए ही पर तेनू ना शर्म का घाटा नहीं हैगा तू कलंक खट लिया जिथों आई है ना उथे वापस चल जा निकल जा इथों दिखनी नहीं चाहिए कोई नहीं मम्मी मम्मी इथे मर गई मम्मी चल जा इथों निकल जा इथों मैं इथों क्या निकल जा इथों तेनू न्याणे दा पता फिकर हुंदा ना तो उदों ही वापस आ जांदी वापस कबले अदा ना कर तू नहीं अदा कर रुक जा मेरे न्याणे नु मिलना तेनू भाभी रोज का यो काम हो गया था सवेर दा करो जिथे जाना तू खा लिया करना रोटियां तेन बस घूमना रोटी नहीं मतलब ਬਾ ਠੀਕ ਆ ਬੰਦਾ ਰੋਟੀ ਵੀ ਨਾ ਖਾਵੇ ਜਿੱਥੇ ਜਾਂਦਾ ਉੱਥੋਂ ਖਾਵੇ ਠੀਕ ਆ ਫਿਰ ਇਸੇ ਗੱਲ ਤੇ ਰਿਓ ਖਾ ਲੂੰਗਾ ਮੈਂ ਬਾਹਰੋਂ ਮੰਮੀ ਪਕਾ ਦਿਆ ਕਰੋ ਹਾਂ ਚਾਚੇ ਨੂੰ ਰੋਟੀ ਐਦਾਂ ਨਾ ਕਰਿਆ ਕਰੋ ਤੁਸੀਂ ਉਪਚਾਰ ਰੋਜ਼ ਹੀ ਭੁੱਖਾ ਚੱਲ ਜਾਂਦਾ ਵਾ ਜਾ ਕੰਮ ਕਰ ਜਾ ਕੇ ਆਪਣਾ ਚੱਲ ਜਾਂਦਾ ਭੁੱਖਾ ਕਿੱਡਾ ਬੈਂਕ 'ਚ ਮੈਨੇਜਰ ਲੱਗਾ ਜਿੱਥੇ ਭੁੱਖਾ ਚੱਲ ਜਾਂਦਾ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਆਇਆ ਵੱਡਾ ਚਾਚੇ ਦਾ ਹੇਜਲਾ बल्ले बल्ले आवाज कि बैठो होर सुनाओ ठीक है वधिया वधिया तुम ही सुनाओ बड़ा वधिया वधिया होर काम कर बस ठीक ठाक है वधिया हाँ ਉਹ ਫਿਰ ਅੱਜ ਕਿੱਧਰ ਗੇੜਾ ਮਾਰਿਆ ਹਾਂ ਕੰਮ ਹੋ ਵਿਆਹ ਕਿੱਥੇ ਸਾਡੇ ਘਰ ਦਾ ਰਾਹ ਭੁੱਲ ਗਿਆ ਅੱਜ ਸਹੀ ਨਹੀਂ ਵਿਆਹ ਸੀ ਅੱਛਾ ਵਿਆਹ ਆ ਗਿਆ ਵਾ ਇਹ ਵਿਆਹ ਲੈ ਮੰਨੇ ਦਾ ਵਿਆਹ ਆ ਗਿਆ ਹਾਂ ਕੀ ਬਾਤ ਹੈ ਚਲੋ ਵਧਾਈਆਂ ਹੋਣ ਹੈ ਬਹੁਤੀਆਂ ਬਹੁਤੀਆਂ ਤੁਹਾਨੂੰ ਹੁਣ ਬਹੁਤ ਤੇ ਚਾਚਾ ਚਾਚੀ ਨੂੰ ਲੈਣਾ ਸੀ ਉਹ ਘਰ ਕੰਮ ਤੇ ਵਿਆਹ ਵੀ ਦਾ ਆ ਵੀ ਗੱਲ ਹੈ ਘਰ ਕੰਮ ਸੰਦੀਪ ਪਾਣੀ ਲੈ ਆਈ बना ला
ਉਹ ਕਰਨਾ ਜੀ ਇੱਧਰ ਆ ਸਾਸੀ ਕਾਲ ਬੁਲਾਣ ਕੇ ਚਾਚੇ ਨੂੰ ਕਰਦਾ ਹੋਰ ਸਾਸੀ ਕਾਲ ਕਰੀ ਪੁੱਤ ਕਿਦਾਂ ਭਾਈ ਠੀਕ ਚੱਲਦੀ ਆ ਠੀਕ ਆ ਹੋਰ ਹੋਰ ਵੀ ਸਾਰਾ ਕੋ ਠੀਕ ਚੱਲਦਾ ਠੀਕ ਠਾਕ गुजारे हो जाते बाकी हुण सोचण डए थोड़ा बहुत घर बार करन दा करदे आ बाकी जो वाइफ नूं मंजूर ले आ चाह संदीप ਚੰਗਾ ਕਮਲ ਸਿੰਘ ਤੇ ਚੱਲਦਾ ਰੁਕ ਜਾਂਦੇ ਵੀਰ ਜੀ ਮੈਂ ਨਾ ਰੋਟੀ ਖਾ ਕੇ ਜਾਂਦੇ ਨਹੀਂ ਫਿਰ ਗਾੜੀ ਵੀ ਜਾਣਾ ਨਾ ਹੋਰ ਵੀ ਇਸ ਤਰ੍ਹਾਂ ਤੇ ਸਾਰੇ ਜਾਣੇ ਆਇਓ ਬਹਾਨਾ ਨਹੀਂ ਕੋਈ ਚੱਲਣਾ ਤੇ ਸਾਰੇ ਜਾਣੇ ਨਾਲ ਭੂਆ ਨੂੰ ਵੀ ਲੈ ਆਓ ਚਲੋ ਠੀਕ ਹੈ ਭਾਈ ਸਾਰੇ ਜਾਣੇ ਆਵਾਂਗੇ ਹਾਂ ਜੀ ਸਾਰੇ ਜਾਣੇ ਬਾਕੀ ਥੋੜਾ ਜਿਹਾ ਚਲੋ ਘਰ ਵੇਖਣਾ ਹੁੰਦਾ ਹਾਂ ਚਲੋ ਠੀਕ ਹੈ ਚਲੋ ਚੰਗਾ ਆ ਜਾ पर हुण तुहानू पता ही आ फिर घर विच जी किन्ने क हुंदे आ मम्मी मैनूं टेंशन पई आ ਹੁਣ ਇਹ ਵਿਆਹ ਆ ਗਿਆ ਇੱਧਰੋਂ ਤੇ ਕੱਪੜਾ ਲੱਤਾ ਬਣਾਉਣਾ ਪੈਣਾ ਵਾ ਤੇ ਕਿੱਥੋਂ ਬਣਾਉਣਾ ਤੇ ਜੇਬ ਤੇ ਅੱਗੇ ਬੜੀ ਤੰਗ ਵਾ ਤੇ ਪੁੱਤ ਕੁਛ ਨਾ ਕੁਛ ਕਰਨਾ ਤੇ ਪੈਣਾ ਹੀ ਆ ਹੁਣ ਵਿਆਹ ਆਇਆ ਆ ਤੇ ਸਾਰਾ ਕੁਛ ਤੇ ਚਾਹੀਦਾ ਹੀ ਆ ਪਰ ਮੈਂ ਕਿੱਥੋਂ ਕਰਾਂ ਹੁਣ ਮੰਮੀ ਤੂੰ ਹੁਣ ਪੁੱਤ ਜਿੱਥੋਂ ਮਰਜ਼ੀ ਕਰ ਕਰਨਾ ਤੇ ਪੈਣਾ ਹੀ ਆ ਕਰਾਂ ਕਿੱਥੋਂ ਮੰਮੀ ਤੁਹਾਡਾ ਹੱਥ ਤੰਗ ਜਿੱਦਾਂ ਮਰਜ਼ੀ ਵੀ ਸਾਰੋ ਆਪਣਾ ਪਰ ਮੈਨੂੰ ਯਾਰ ਕੀ 5000 ਰੁਪਇਆ ਚਾਹੀਦਾ ਤੂੰ ਕੀ ਕਰਨਾ 5000 ਮੇਰੇ ਵੀ ਕੋਈ ਚਾਰ ਇੰਜਾ ਹੈ ਗਿਆ ਆ ਮੂੰਹ ਵੇਖੋ ਮੇਰਾ ਕੀ ਹਾਲ ਬਣਿਆ ਵਾ ਮੈਂ ਵੀ ਤੇ ਜਾ ਕੇ ਆਪਣਾ ਕੋਈ ਮੂੰਹ ਸਿਰ ਸਵਾਰਨਾ ਕਿ ਨਹੀਂ ਸੰਦੀਪ 5000 ਨਾ ਕੀ ਪਤਾ ਸੀ ਸਾਰਾ ਹੀ ਨਹੀਂਗਾ ਵਿਆਹ ਭਗਤਾਉਣਾ ਤੇ ਤੈਨੂੰ ਕੱਲੀ ਨੂੰ 5 ਦੇ ਕੇ ਤੇ ਅਹੀ ਕੀ ਕਰਨਾ ਮੁੰਡਾ ਦੇ ਅੱਗੇ ਟੈਨਸ਼ਨ 'ਚ ਪਿਆ ਆ ਤੇ ਕਰੋ ਮੈਂ ਤੁਹਾਨੂੰ ਕਦੋਂ ਡੱਕਿਆ ਵਾ ਪਰ ਮੈਨੂੰ 5000 ਚਾਹੀਦਾ ਮੈਂ ਤੁਹਾਨੂੰ ਦਿੱਤਾ ਜੇ ਕਿਹਾ ਨਹੀਂ ਮੈਂ ਨਹੀਂ ਤੇ ਜਾਣਾ ਵਿਆਹ ਤੂੰ ਵੀ ਕੋਈ ਟੈਨਸ਼ਨ ਲਿਆ ਕਰ ਘਰ ਦੀ ਤੇ ਘਰ 'ਚ ਕੰਮ ਤੇ ਕਰਦੀ ਹੋਰ ਮੈਂ ਟੈਨਸ਼ਨ ਕੀ ਲਵਾਂ ਆ ਜੇ ਨਾ ਹੁਣ ਜਾਣਾ ਵਾ ਇਹਦੇ ਬਾਰੇ ਵੀ ਸੋਚਣਾ ਕਿ ਉਹਨੇ ਕਿੱਥੋਂ ਲਿਆਉਣਾ ਤੇ ਮੇਰੇ ਬਾਰੇ ਵੀ ਸੋਚਿਆ ਕਰੋ ਕੁਝ ਸੰਦੀਪ ਨਿਆਣਿਆਂ ਦੇ ਵੀ ਕੱਪੜੇ ਲੈਣੇ ਪੈਣੇ ਆ ਆਪਣੇ ਵੀ ਲੈਣੇ ਪੈਣੇ ਆ ਲੈਣੇ ਕਿੱਥੋਂ ਆ ਇਹ ਦੱਸ ਨਾ ਤੂੰ ਤੇ ਆਖ ਦਿੱਤਾ ਬੜਾ ਭੋਲੇ ਜਿਹੇ ਮੂੰਹ ਨਾਲ ਤੁਹਾਡੀ ਜ਼ਿੰਮੇਵਾਰੀ ਆ ਇਹ ਮੇਰੀ ਨਹੀਂ ਆ ਨਿਆਣੇ ਤੁਸੀਂ ਜੰਮੇ ਆ ਮੁੰਡਾ ਵਿਚਾਰਾ ਸੱਚੀ ਇੰਨਾ ਟੈਨਸ਼ਨ 'ਚ ਪਿਆ ਮੈਨੂੰ ਤਾਂ ਇੰਨਾ ਤਰਸ ਆਉਣ ਡਿਆ ਉਹਦਾ ਨੋਹਾਂ ਵਾਲੀ ਕਰ ਦਿੱਤੀ ਨਾ ਇਹਨੇ ਤੇ ਜਾਂ ਫਿਰ ਐਂ ਕਰਿਓ ਵੀ ਮੈਂ ਨਹੀਂ ਜਾਂਦਾ ਤੇ ਤੁਸੀਂ ਚੱਲ ਜਿਓ ਤੁਸੀਂ ਥੋੜੇ ਬਹੁਤੇ ਬਣਾ ਲਓ ਫਿਰ ਕੋਈ ਮਾੜਾ ਚੰਗਾ ਸੂਟ ਕਮ ਸੇ ਕਮ ਇੱਕ ਵਿਆਹ ਤੇ ਵੇਖਿਆ ਜਾਊ ਨਿਆਣਿਆਂ ਦੇ ਵੀ ਜ਼ਰੂਰ ਬਣਾਉਣੇ ਪੈਣੇ ਆ ਤੇ ਇਹਨੂੰ ਵੀ ਪਤਾ ਕੋ ਲੈ ਕੇ ਦੇਣਾ ਪੈਣਾ ਮੈਂ ਘਰ ਵਿੱਚ ਕਲੇਸ਼ ਪਊਗਾ ਪੁੱਤ ਮੇਰੀ ਸੁਣ ਗੱਲ ਨਿਆਣਿਆਂ ਨੂੰ ਲੈ ਦੇ ਇਹਨੂੰ ਦੇ ਦੇ ਥੋੜੇ ਬਹੁਤੇ ਪੈਸੇ ਤੇ ਮੈਂ ਵੀ ਰਹਿਣ ਦੇਣੀ ਮੇਰੇ ਕੋਲ ਵੀ ਹੈਗੇ ਆ ਪਿਛਲੇ ਵਿਆਹਾਂ ਦੇ ਸੂਟ ਤੇ ਉਹਨਾਂ ਦਾ ਮੈਂ ਸਾਰ ਲੈਣੀ ਆ ਇਹਨਾਂ ਕੋ ਕਰਕੇ ਵੀ ਫਿਰ ਗੱਲ ਨਹੀਂ ਨਾ ਪਰ ਬਣਨੀ ਉੱਥੇ ਦੇਣਾ ਵੀ ਪੈਣਾ ਵਾ ਕੁਛ ਨਾ ਕੁਛ ਅਗਲੇ ਵੀ ਲਾ ਕੇ ਗਏ ਸੀ ਇੱਥੇ ਚਲੋ ਉੱਥੇ ਤੇ ਪੁੱਤ ਅਸੀਂ ਥੋੜਾ ਵੀ ਦੇ ਦਾਂਗੇ ਕੋਈ ਗੱਲ ਨਹੀਂ ਧੀਆਂ ਦਾ ਕਿੰਨਾ ਕੁ ਕੋਈ ਰੱਖਦਾ ਹੁੰਦਾ ਆ ਤੂੰ ਟੈਨਸ਼ਨ ਨਾ ਲਿਆ ਚੰਗਾ ਚਲੋ ਠੀਕ ਆ ਆਪਣਾ ਆ ਲੈ ਜਾਓ ਫਿਰ ਅੰਦਰ ਲੈ ਜਾਓ ਸਾਰੀ ਉਮਰ ਨਗਾ ਚੱਲੀ ਗੋਏ ਕੁੜੇ ਦੇ ਵਿੱਚ ਹੀ ਚਲੋ ਕਰ ਵੇ ਤੂੰ ਇੱਥੇ ਬੈਠਾ ਤੈਨੂੰ ਦਿਖਣ ਡੇ ਫੜ ਲਾ ਕੇ ਮੱਤ ਮਾਰੀ ਉੱਤੋਂ ਤੁਸੀਂ ਦੋਵਾਂ ਨੇ ਮੇਰੀ ਫੜ ਆ ਗਈ ਛੱਡੀ
ਰੋਟੀ ਖਾ ਜਾ ਨੂੰ ਨਿਆਣੇ ਸਭ ਸਭ ਮਰ ਚੱਲੀ ਹੈ ਤੁਹਾਡਾ ਕੰਮ ਕਰ ਕਰਕੇ ਮੇਰੀ ਜ਼ਿੰਦਗੀ ਜ਼ਿਆਦਾ ਤਾਂ ਕੋਈ ਸਵਾਦ ਹੀ ਨਹੀਂ ਹੈਗਾ ਮੌਤ ਹੀ ਪੈ ਜਾਂਦੀ ਪਿਆ जाना होंदा किसी के विआह शादी ते भी जदों जानदा ना लै लईदा उदों घर च कलेश पै जांदा ओ मेरा किहड़ा जी नहीं करदा कि मेरे भी न्याणे मेरे भी घर दे चंगा खाण पीण पाउण पर मेरी जेब झले ते तां ना जिहड़े जी ने साथ देना होंदा ओह जी ने कोई छत्ती छत्ती गल्लां कर देणियां होंदियां करे ते करे की कदे कदे ते जी करदा कोई खा के मर जा इन्ना सताव मारिया इहने एक दे मुंडा इन्ना परेशान रहिंदा है ना एक इन्ने लहू पीता ओदा ओदा नहीं जी करदा भी मैं कोई काम धंधा चजदा होवे ते अपने न्याणियां नूं अपने टब्बर नूं कुछ लैके दे दवां हर वेले ओदा लहू ही पी छड़दी है बस मेरी सुन लो गल पांच नहीं ना ते 2000 रुपया तो दऊंगे कि नहीं चल 2000 का इंतजाम कर दूंगा मैं पर एक गल होर जे मैं विआह बसे नहीं जाना ओ बसे नहीं जाना ते फिर कहते जाना कार ते ओ रहन दे रब नू हुण मैं तेनू कार कित्थों लै दां तुहानू आख्या वी किन्नी कार लैके आओ इन्ने जोगे हैगे आ तुसीं ਇੰਨੀ ਔਕਾਤ ਨਹੀਂ ਹੈਗੀ ਤੁਹਾਡੀ ਕਾਰ ਜੋਗੀ ਕਮ ਸੇ ਕਮ ਕਿਰਾਏ ਤੇ ਕਰ ਹੀ ਸਕਦੇ ਜੇ ਨਾ ਤੇ 3000 ਰੁਪਇਆ ਛੱਡਿਆ ਸਿਰਫ ਇਸੇ ਕਰਕੇ ਕਿ ਕਾਰ ਨੂੰ ਕਿਰਾਏ ਤੇ ਕਰ ਲਈਏ ਆਹੋ ਹੋਰ ਮੈਂ ਜਹਾਜ਼ ਨਹੀਂ ਕਹਿਤਾ ਕਿਰਾਏ ਤੇ ਕਰਨ ਲਈ ਕਾਰ ਹੀ ਆਖੀ ਆ ਸ਼ਰੀਫ ਰੱਬ ਨੂੰ ਜਾਣ ਦੇਣੀ ਆ ਓਏ ਆਪਣਾ ਘਰ ਵੇਖ ਕਿਉਂ ਨਹੀਂ ਤੇਰੇ ਕੋ ਵੇਖਿਆ ਜਾਂਦਾ ਘਰ ਵੇਖਣ ਡਈ ਆ ਹੁਣ ਜਦੋਂ ਦੀ ਵਈ ਆਈ ਆ ਇਦਾਂ ਦਾ ਹੀ ਆ ਤੇ ਇਦਾਂ ਦਾ ਹੀ ਰਹਿਣਾ ਵਾ ਘਰ ਨੂੰ ਕਿਹੜੇ ਤੁਸੀਂ ਸਿਹਰੇ ਲਾਤੇ ਆ ਕਮ ਸੇ ਕਮ ਜਿਹੜੀ ਜ਼ਿੰਦਗੀ ਹੈਗੀ ਉਹ ਤੇ ਥੋੜੀ ਬਤੀ ਮਜ਼ੇ ਨਾਲ ਜੀਣ ਦੋ ਤੇ ਸਾਡਾ ਵੀ ਚਾਰ ਇੰਚ ਪੂਰੀ ਹੋ ਜੂਗੀ ਉਹ ਮੇਰਾ ਕਿਹੜਾ ਜੀ ਨਹੀਂ ਕਰਦਾ ਕਿ ਤੁਸੀਂ ਸੌਖੇ ਹੋਵੋ ਜੀ ਕਰਦਾ ਹੋਏ ਤੇ ਇਦਾਂ ਹੀ ਤਿਲ ਤਿਲ ਕੇ ਪੈਸੇ ਮੰਗੀਏ ਤੁਹਾਡੇ ਕੋਲੋਂ ਤੇ ਕੀ ਕਰਾਂ ਫਿਰ ਮਰ ਜਾਂ ਮੈਂ ਮਰ ਜਾਂ ਜੇ ਮੇਰੇ ਮਰਿਆਂ ਕੋ ਚੈੱਕ ਆਉਂਦਾ ਨਾ ਤੇ ਮੈਂ ਮਰ ਵੀ ਜਾਂਦਾ ਕੋਈ ਚੰਗਾ ਕੰਮ ਕਰ ਵੇਖੋ ਉਹ ਕਿੱਥੋਂ ਵੇਖ ਲੈ ਚੰਗਾ ਕੰਮ ਕਰ ਇੱਥੇ ਕਿਹੜੇ ਬੂਹੇ ਦੇ ਉੱਤੇ ਆਣ ਕੇ ਸਾਰੇ ਜਾਣੇ ਖਲੋਤੇ ਨੇ ਮੈਨੂੰ ਕੰਮ ਦੇਣ ਵਾਸਤੇ ਜਾਣ ਖਾ ਮਾਰੀ ਆ ਇੱਕੋ ਗੱਲ ਚੰਗਾ ਕੰਮ ਵੇਖ ਲਓ ਬੜੀਆਂ ਡਿਗਰੀਆਂ ਕੀਤੀਆਂ ਨੇ ਅਸੀਂ ਉਹ ਡਿਗਰੀਆਂ ਕੀਤਿਆਂ ਵਾਲੇ ਇੱਥੇ ਵਿਹਲੇ ਫਿਰਨ ਡਏ ਨੇ ਸ਼ੁਕਰ ਨਹੀਂ ਕਰਦੀ ਦੋ ਵੇਲੇ ਦੀ ਰੋਟੀ ਮਿਲੀ ਜਾਂਦੀ ਆ ਕਾਰਾਂ ਚਾਹੀਦੀਆਂ ਨੇ ਇਹਨੂੰ ਜਾਣ ਲਈ ਫਿਰ ਤੁਹਾਡਾ ਵਿਆਹ ਨਾ ਤੁਹਾਨੂੰ ਹੀ ਮੁਬਾਰਕ ਨਾ ਤੇ ਮੈਂ ਜਾਊਂ ਤੇ ਨਾ ਜਾਣਗੇ ਮੇਰੇ ਨਿਆਣੇ ਆ ਜੁੜੇ ਤੁਹਾਡੇ ਗੜੀ ਹੱਥ ਜਾਇਓ ਇਕੱਲੇ ਹੀ ਪੋਤੇ ਇਹਨੂੰ ਕੀ ਹੋਇਆ ਆ ਬੜੇ ਭਾਂਡੇ ਭੰਨਣ ਡਈ ਆ ਉਹ ਮੰਮੀ ਕਹਿੰਦੀ ਆ ਮੈਂ ਬੱਸੇ ਨਹੀਂ ਜਾਣਾ ਵਿਆਹ ਮੈਨੂੰ ਇਹ ਕਾਰ ਕਿਰਾਏ ਤੇ ਕਰਕੇ ਦੇ ਮੈਂ ਉਹਦੇ ਤੇ ਵਿਆਹ ਜਾਣਾ ਤੇ ਮੈਂ ਇਹ 3000 ਰੁਪਇਆ ਆਪਣਾ ਛੱਡ ਦਿੰਦੀ ਆ ਜਿਹੜਾ ਮੈਨੂੰ 5000 ਰੁਪਇਆ ਮੰਗਣ ਡਈ ਸੀ ਤੇ ਉਹ ਇਹ ਮੈਨੂੰ ਤੂੰ 2000 ਰੁਪਇਆ ਦੇ ਦੇ ਤੇ ਮੈਂ ਕਿਹਾ ਤੂੰ ਮੈਨੂੰ ਛੱਡਣ ਕੀ ਨਹੀਂ ਆ 3000 ਉਧਰੋਂ ਛੱਡ ਕੇ 4-5000 ਕਾਰ ਵਾਲੇ ਨੇ ਲੈ ਲੈਣਾ ਤੇ ਚੱਲ ਪੁੱਤ ਕੋਈ ਨਹੀਂ ਬੱਸਾਂ ਦੇ ਕਿਹੜੇ ਕਿਰਾਏ ਘੱਟ ਲੱਗਦੇ ਆ ਨਾਲੇ ਖੱਜਲ ਖਰਾਬੀ ਵਾਧੂ ਦੀ ਨਿੱਗੇ ਨਿੱਗੇ ਨਿਆਣੇ ਆ ਐਵੇਂ ਕਿਤੇ ਬਿਮਾਰ ਹੋ ਗਏ ਤੇ ਫੇਰ ਕਿਹੜੇ ਕਿਤੇ ਪੈਸੇ ਘੱਟ ਲੱਗਣੇ ਆ ਆਰਾਮ ਦੇ ਨਾਲ ਨਿਆਣੇ ਵੀ ਲਿਆ ਦਿੰਦੇ ਆ ਆਪ ਵੀ ਜਾਂਦੇ ਆ ਉਧਰੋਂ ਤੇਰੇ ਮਾਮੀ ਨੂੰ ਕਹਾਂਗੀ ਸਾਨੂੰ ਛੱਡ ਜੇਗਾ ਉਹ ਮੰਮੀ ਮਾਮਾ ਛੱਡ ਤੇ ਜਾਊ ਪਰ ਮੈਨੂੰ ਚੰਗਾ ਨਹੀਂ ਲੱਗਦਾ ਇਦਾਂ ਅਗਲਾ ਕੀ ਸੋਚੂਗਾ ਵੀ ਆਪ ਆ ਤੇ ਗਏ ਘਰ ਤੇ ਹੁਣ ਵਾਪਸੀ ਜਾਣ ਲੱਗਿਆ ਮੇਰੀ ਕਾਰ ਆਂਦੇ ਫਿਰਦੇ ਆ ਤੇ ਕੋਈ ਨਹੀਂ ਪੁੱਤ ਭੈਣ ਭਰਾ ਕਾਹਦੇ ਵਾਸਤੇ ਹੁੰਦੇ ਆ ਇਹਨਾਂ ਕੰਮਾਂ ਲਈ ਹੁੰਦੇ ਆ ਉਹ ਮੰਮੀ ਮੌਕੇ ਤੇ ਕੋਈ ਨਹੀਂ ਆਉਂਦਾ ਸਾਰੇ ਚੰਗੇ ਬਣਦੇ ਆ ਪਿੱਠ ਪਿੱਛੇ ਮੁੜ ਕੇ ਸਾਰੇ ਗੱਲਾਂ ਕਰਦੇ ਆ ਵੀ ਸ਼ੌਂਕ ਚੜਿਆ ਸੀ ਕਾਰ ਲਿਆਉਣ ਦਾ ਚੱਲ ਕੋਈ ਗੱਲ ਨਹੀਂ ਨਹੀਂ ਕੋਈ ਗੱਲਾਂ ਕਰਦਾ ਮੰਮੀ ਚੱਲ ਕੋਈ ਗੱਲ ਨਹੀਂ ਕਹਿ ਕੇ ਗੱਲ ਨਹੀਂ ਨਾ ਸਰਦੀ ਹਾਂ ਕਹਿ ਕੇ ਤਾਂ ਸਿਰਫ ਗੁੰਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਆ
अंदर दी गल नहीं ना समझदा कोई। चल नहीं समझदे तो हुण किसे नूं किसे दे घर दा की पता, हुण इह घर च लड़ाई थोड़ी पा छड्डणी आ। इह चंगी होवे आ ते ना सानूं इन्ना कलेश करना पवे, सारा कुछ सही हो जाए। इह ते मोटे दिमाग दी आ, इह ते समझदी नहीं ते ना इहने समझणा ही आ, सानूं ही समझणा पैणा वा। चल बस करो तुम भी हौली बोलो, अगे मेरे नाल सिंह फसाए आ, मुड़के तुहाडे नाल लड़ाई करन लग पऊगी। चलो ठीक है कर लांगे आपां कार ही किराए ते, जाओ कह दो इहनूं।